ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ 'ਚ ਤੁਹਾਡਾ ਸਵਾਗਤ ਆ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਮੇਰੇ ਕੋਲ ਤਿੰਨ ਕਿਤਾਬਾਂ ਆ ਮੈਂ ਇਹ ਸੋਚਿਆ ਕਿ ਹੁਣ ਤੁਹਾਡੇ ਨਾਲ ਜਿਹੜੀਆਂ ਮੇਰੇ ਕੋਲ ਲਾਇਬ੍ਰੇਰੀ ਦੇ ਵਿੱਚ ਕਲੈਕਸ਼ਨ ਆ ਔਰ ਜਿਹਦੇ ਵਿੱਚ ਰੋਜ਼ ਵਾਦਾ ਹੁੰਦਾ ਰਹਿੰਦਾ ਆ ਤੁਹਾਡੇ ਸਹਿਯੋਗ ਦੇ ਨਾਲ ਕੁਝ ਮੇਰੇ ਆਪਣੇ ਮਤਲਬ ਕਿ ਐਫਰਟ ਦੇ ਨਾਲ ਹਨਾ ਮੈਂ ਕਿਉਂਕਿ ਖੁਦ ਵੀ ਖਰੀਦਦਾ ਰਹਿਣਾ ਉਸ ਟ੍ਰੈਜ਼ਰ ਦੇ ਵਿੱਚੋਂ ਮੈਂ ਤੁਹਾਡੇ ਨਾਲ ਉਸ ਖਜ਼ਾਨੇ 'ਚੋਂ ਕਿਤਾਬਾਂ ਸਾਂਝੀਆਂ ਕਰਦਾ ਰਵਾਂਗਾ ਕਿ ਤੁਹਾਨੂੰ ਪਤਾ ਰਹੇ ਕਿਉਂਕਿ ਤੁਹਾਡੀ ਲਾਇਬ੍ਰੇਰੀ ਹੈ ਤੇ ਤੁਹਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਕਿ ਦੇ ਵਿੱਚ ਕੀ ਕੁਝ ਹੈਗਾ ਕੀ ਕੁਝ ਨਹੀਂ ਤਾਂ ਕਿਤਾਬਾਂ ਦੇ ਸ਼ਕੀਨਾ ਵਾਸਤੇ ਇਹ ਮੈਂ ਤੁਹਾਨੂੰ ਦੱਸਿਆ ਕਰਾਂਗਾ ਸੰਖੇਪ ਦੇ ਵਿੱਚ ਕਿ ਕਿਤਾਬਾਂ ਹੈ ਕਿਹੜੀਆਂ ਮੇਰੇ ਕੋਲ ਸੰਖੇਪ ਸ਼ਾਰਟ ਵਿੱਚ ਇਹ ਵੀ ਦੱਸੂਗਾ ਕਿ ਇਸ ਬਾਰੇ ਹੈ ਨਾ ਕਿਹੜੀ-ਘੜੀ ਕਿਤਾਬ ਤੋਂ ਤਿੰਨ ਕਿਤਾਬਾਂ ਮੈਂ ਜੇ ਇਕੱਠੀਆਂ ਪੜੀਆਂ ਕਿਉਂਕਿ ਕਿਤਾਬਾਂ ਬਹੁਤ ਜ਼ਿਆਦਾ ਹੈ ਮੈਂ ਕੱਲੀ-ਕੱਲੀ ਕਿਤਾਬ ਕਰਕੇ ਦੱਸਾਂਗਾ ਤੁਹਾਨੂੰ ਤਾਂ ਫਿਰ ਹੋਰ ਕੋਈ ਵੀਡੀਓ ਕਰ ਹੀ ਨਹੀਂ ਪਾਵਾਂਗੇ ਆਪਾਂ ਨਾ ਤੋਂ ਇਹ ਤਿੰਨ ਕਿਤਾਬਾਂ ਜਿਹੜੀਆਂ ਇਹਦੇ ਵਿੱਚੋਂ ਇਹ ਮੀ ਕਮਾ ਇੱਕ ਕਿਤਾਬ ਮੈਂ ਪੜੀ ਨਹੀਂ ਹੈਗੀ ਖੁਦ ਰਸੀਦੀ ਟਿਕਟ ਜਿਹੜੀ ਕਿਤਾਬ ਆ ਮੈਂ ਪਹਿਲਾਂ ਇਹਦੇ ਬਾਰੇ ਹੀ ਤੁਹਾਨੂੰ ਦੱਸ ਦੇਣਾ ਇਹ ਕਿਤਾਬ ਹੈਗੀ ਆ ਬਹੁਤ ਸ਼ਾਨਦਾਰ ਆ ਜਿੱਲੇ ਕਿਤਾਬਾਂ ਦੀ ਗੱਲ ਹੁੰਦੀ ਆ ਨਾ ਪੰਜਾਬੀ ਕਿਤਾਬਾਂ ਦੀ ਗੱਲ ਜਿੱਦਾਂ ਪਵਿੱਤਰ ਪਾਪੀ ਨਾਵਲਾਂ ਦੇ ਵਿੱਚ ਉਹਦਾ ਨਾਮ ਬੋਲਦਾ ਆ ਪੂਰਾ ਤੁਸੀਂ ਭਾਵੇਂ ਪੋਸਟ ਪਾ ਕੇ ਦੇਖ ਲਓ ਸੋਸ਼ਲ ਮੀਡੀਆ ਤੇ ਜਾਂ ਜਿਹੜੀਆਂ ਇਸ ਸੰਬੰਧੀ ਪੋਸਟਾਂ ਹੁੰਦੀਆਂ ਨਾ ਕਿ ਕਿਤਾਬਾਂ ਤੁਸੀਂ ਕਿਹੜੀਆਂ ਪੜੀਆਂ ਜੀ ਇਦਾਂ ਵਗੈਰਾ ਵਗੈਰਾ ਜਾਂ ਕਿਹੜੇ ਨਾਵਲ ਤੁਹਾਨੂੰ ਪਸੰਦ ਆ ਉਹਦੇ ਸਭ ਤੋਂ ਵੱਧ ਕਮੈਂਟ ਪਵਿੱਤਰ ਪਾਪੀ ਦੇ ਹੁੰਦੇ ਆ ਇਹ ਮੈਂ ਕਈ ਪੋਸਟਾਂ ਤੇ ਦੇਖਿਆ ਸਭ ਤੋਂ ਵੱਧ ਨਾਮ ਬੋਲਦਾ ਤੂਤੀ ਬੋਲਦੀ ਪੰਜਾਬੀ ਨਾਲ ਵਿੱਚ ਇਸੇ ਤਰ੍ਹਾਂ ਜਦੋਂ ਜੀਵਨੀਆਂ ਦੀ ਗੱਲ ਹੁੰਦੀ ਹੈ ਨਾ ਤਾਂ ਉਹਦੇ ਵਿੱਚ ਰਸੀਦੀ ਟਿਕਟ ਜਿਹੜੀ ਹੈ ਨਾ ਹਾਲਾਂਕਿ ਇਹਦੇ ਵਿੱਚ ਦੋ ਜੀਵਨੀਆਂ ਆਜੇ ਮੇਰੇ ਕੋਲ ਰਸੀਦੀ ਟਿਕਟ ਸਭ ਤੋਂ ਉੱਪਰ ਇਹਦਾ ਨਾਮ ਬੋਲਦਾ ਉੱਪਰ ਲੀਆਂ ਕਿਤਾਬਾਂ 'ਚ ਇਹ ਅਮ੍ਰਿਤਾ ਪ੍ਰੀਤਮ ਦੀ ਹਾਲਾਂਕਿ ਬਹੁਤ ਸਾਰੇ ਪੰਜਾਬੀ ਜਿਹੜੇ ਸਾਡੇ ਸਿੱਖ ਭਰਾਇਆ ਖਾਸ ਕਰ ਉਹ ਅਮ੍ਰਿਤਾ ਪ੍ਰੀਤਮ ਨੂੰ ਹੇਟ ਕਰਦੇ ਆ ਠੀਕ ਆ ਕੁਝ ਰੀਜ਼ਨ ਇਸ ਤਰ੍ਹਾਂ ਦੇ ਰਹੇ ਤੇ ਮੈਂ ਤੁਹਾਨੂੰ ਇਹ ਨਹੀਂ ਦੱਸੂਗਾ ਕਿ ਮੈਂ ਕਿੱਥੇ ਖੜਾ ਇਸ ਮਾਮਲੇ ਦੇ ਵਿੱਚ ਤੋ ਉਹ ਇਸ ਕਰਕੇ ਕਰਦੇ ਵੀ ਕੁਝ ਕਵਿਤਾ ਉਹਨੇ ਇਸ ਤਰ੍ਹਾਂ ਦੀ ਆਪਣੀ ਜੀਵਨ ਚ ਲਿਖੀਆਂ ਸਿੱਖਾਂ ਦੀ ਕੁੜੀ ਹੋ ਕੇ ਉਹਨੇ ਕੁਝ ਇਸ ਤਰ੍ਹਾਂ ਦੇ ਕੰਮ ਕੀਤੇ ਜੀਵਨ ਵਿੱਚ ਜਿਹੜੇ ਆਕਸ ਨੂੰ ਗੰਦਾ ਕਰਦੇ ਆ ਇੱਕ ਸਿੱਖ ਨੂੰ ਨਹੀਂ ਚੰਗੇ ਲੱਗਦੇ ਜਿਹੜੇ ਨਾ ਤੇ ਇਹ ਗੱਲਾਂ ਉਹਦੀਆਂ ਮਾੜੀਆਂ ਸੀਗੀਆਂ ਉਹਦੇ ਜੀਵਨ ਦੀਆਂ ਤਾਂ ਉਹਦੀ ਕਵਿਤਾ ਚਲੋ ਵਧੀਆ ਕਵੀਤਰੀ ਸੀਗੀ ਉਹਦੀ ਜੀਵਨੀ ਬੜੇ ਸਵਾਲੀਆ ਚਿੰਨ ਲੱਗੇ ਰਹੇ ਅਮਰੋਜ਼ ਹੁਣੇ ਜੇ ਪਿੱਛੇ ਜੇ ਦਿਹਾਂਤ ਹੋਇਆ ਉਹਦਾ ਨਾ ਇਸੇ ਮਹੀਨੇ ਅਮਰੋਜ਼ ਦੇ ਨਾਲ ਰਹੀ ਉਹ ਕਿੱਦਾਂ ਕਿੱਦਾਂ ਰਹੀ ਉਹਨਾਂ ਦੇ ਬਖਰੀ ਤਰ੍ਹਾਂ ਦੇ ਅਜੀਬ ਜਿਹਾ ਰਿਸਪਾਂਸ ਸੀਗਾ ਇਹਨਾਂ ਦੇ ਇਹ ਪੜਨ ਜੋ ਕਿਤਾਬ ਆ ਕਹਿੰਦੇ ਰਸੀਦੀ ਟਿਕਟ ਤਾਂ ਇਹਦੇ ਮੋਰੇ ਲਿਖਿਆ ਆ ਕਿ ਇਹਦਾ ਨਾਮ ਰਸੀਦੀ ਟਿਕਟ ਕਿਉਂ ਆ ਤਾਂ ਉਹਨੇ ਇਹਦੇ ਸ਼ੁਰੂ ਦੇ ਵਿੱਚ ਹੀ ਇਹ ਕਲੀਅਰ ਕੀਤਾ ਆ ਸਭ ਤੋਂ ਪਹਿਲਾਂ ਇੱਥੇ ਲਿਖਿਆ ਆ ਉਹਨੇ ਕਹਿੰਦੀ ਇੱਕ ਦਿਨ ਖੁਸ਼ਵੰਤ ਸਿੰਘ ਨੇ ਗੱਲਾਂ ਕਰਦਿਆਂ ਕਿਹਾ ਸੀ ਤੇਰੀ ਜੀਵਨੀ ਦਾ ਕੀ ਹੈ ਬਸ ਇੱਕ ਅਧ ਹਾਦਸਾ ਲਿਖਣ ਲੱਗੋ ਤਾਂ ਰਸੀਦੀ ਟਿਕਟ ਦੀ ਪਿੱਠ ਉੱਤੇ ਲਿਖੀ ਜਾਵੇ ਕਿਨਾਂ ਤੇਰੀ ਜੀਵਨੀ ਲਿਖਣ ਲੱਗੋ ਤਾਂ ਰਸੀਦੀ ਟਿਕਟ ਤੇ ਹੀ ਲਿਖ ਹੋ ਜਾਣੀ ਪੂਰੀ ਤਾਂ ਉਹਨੇ ਇਹਦਾ ਨਾਮ ਹੀ ਰਸੀਦੀ ਟਿਕਟ ਰੱਖਤਾ ਵੱਸ ਇੱਕ ਪੜਨ ਜੋ ਕਿਤਾਬ ਆ ਦੂਸਰੀ ਕਿਤਾਬ ਆ ਉਹ ਵੀ ਇੱਕ ਜੀਵਨੀ ਆ ਹੁਣੇ ਖੁਸ਼ਵੰਤ ਸਿੰਘ ਦਾ ਜ਼ਿਕਰ ਉਹਦੇ ਮੁੱਖ ਬੰਧ ਚ ਹੋਇਆ ਨਾ ਉਸੇ ਖੁਸ਼ਵੰਤ ਸਿੰਘ ਦੀ ਇਹ ਬਹੁਤ ਭਾਰੀ ਪਰਕਮ ਕਿਤਾਬ ਆ ਹਾਲਾਂਕਿ ਜੇ ਐਦੀ ਗੱਲ ਕਰਾਂ ਜਿਹੜੀ ਮੈਂ ਤੁਹਾਨੂੰ ਦਿਖਾਈ ਆ ਇਹ ਕਿਤਾਬ ਕੋ ਬਹੁਤ ਹੀ ਮੋਟੀ ਕਿਤਾਬ ਨਹੀਂ ਗਈ ਜਿਹੜਾ ਚੰਗਾ ਮਤਲਬ ਹੈਗਾ ਨਾ ਪੜੂ ਇੱਕ ਦੋ ਮਤਲਬ ਇੱਕ ਦੋ ਸਿਟਿੰਗ ਵਿੱਚ ਹੀ ਉਹ ਪੜ ਦੋ ਇਹਨੂੰ 135 ਪੇਜ ਆ ਦੇ ਸਾਰੇ ਖੁਸ਼ਵੰਤ ਸਿੰਘ ਦੀ ਇਹ ਸਵੈ ਜੀਵਨੀ ਮੈਂ 2-4 ਸਾਲ ਪਹਿਲਾਂ ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਗੜਦੀ ਵਾਲਾ ਉੱਥੋਂ ਲੈ ਕੇ ਪੜ੍ਹੀ ਸੀ ਮੈਨੂੰ ਕਾਫੀ ਦਿਨ ਲੱਗੇ ਸੀ ਇਹਨੂੰ ਪੜ੍ਹਨ ਚ ਤੋ 450 ਪੇਜ ਆਇਦਾ 446 ਤਾਂ ਇਹਨੂੰ ਜਿਹੜੇ ਨਵੇਂ ਵੀ ਆ ਚਾਏ ਕੋਈ ਪੜ੍ਹੂ ਵੀ ਆ ਬਤਾ ਉਹਨੂੰ ਇਹ ਟਾਈਮ ਲੱਗੂ ਪੜ੍ਹਨ ਨੂੰ ਪਰ ਬਹੁਤ ਪੜਨ ਯੋਗ ਆ ਜਿਹੜੀ ਭਾਰਤ ਦਾ ਇਤਿਹਾਸ ਹਨ ਮਤਲਬ ਕਿ ਜਿਹੜਾ 1947 ਦੇ ਨਾਲ ਨਾਲ ਕੁਝ ਸਾਲ ਪਿੱਛੇ ਤਾਂ ਕੁਝ ਸਾਲ ਬਾਅਦ ਚ ਘੁੰਮਦਾ ਉਹਦੀ ਬਹੁਤ ਜਾਣਕਾਰੀ ਮਿਲੂਗੀ 84 ਬਾਰੇ ਵੀ ਕਿਉਂਕਿ ਖੁਸ਼ਵੰਤ ਸਿੰਘ ਦੀ ਜੀਵਨੀ ਤਾਂ ਆਪਣੀ ਲਿਖੀ ਆ ਪਰ ਉਹਦਾ ਜੀਵਨ ਇਹਨਾਂ ਵਿੱਚੋਂ ਹੀ ਲੰਘਿਆ ਆ ਵੱਡੇ ਤੋਂ ਵੱਡੇ ਅਹੁਦਿਆਂ ਤੇ ਰਿਹਾ ਆ ਇੰਦਰਾ ਗਾਂਧੀ ਉਹਨਾਂ ਦੇ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਸੀ ਗਾਂਧੀ ਪਰਿਵਾਰ ਦੇ ਅੰਦਰ ਦੀਆਂ ਗੱਲਾਂ ਕੁਸ਼ਵੰਤ ਸਿੰਘ ਨੇ ਉਹ ਦੱਸੀਆਂ ਜਿਨ੍ਹਾਂ ਨੂੰ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਕਿ ਪੜ ਕੇ YouTube ਤੇ ਸੁਣਾਵਾਂ ਪਰ ਉਹ ਇੰਨਾ ਲੰਬੇ ਚੌੜੇ ਉਹ ਚੈਪਟਰ ਆ ਕਿ ਮੈਂ ਕਰ ਨਹੀਂ ਸਕਿਆ ਨਾ ਤਾਂ ਤੁਹਾਨੂੰ ਉਹਦੇ ਲਈ ਕਿਤਾਬ ਪਾਣੀ ਪਾਉਗੀ ਖਾਸ ਕਰ ਇਹਦੇ ਵਿੱਚ ਜਿਹੜਾ ਮੇਨਕਾ ਗਾਂਧੀ ਨਾਲ ਕਿੱਥੋਂ ਵਿਗੜੀ ਇਹਨਾਂ ਦੀ ਆ ਜਿਹੜੀ ਜਾਨਵਰਾਂ ਨੂੰ ਪਿਆਰ ਪੂਰ ਕਰਦੀ ਆ ਮੇਨਕਾ ਗਾਂਧੀ ਨੂੰ ਕਿਸ ਦਿਨ ਘਰੋਂ ਕੱਢਿਆ ਸੀ ਉਹ ਸਾਰਾ ਕੀ ਕੁਝ ਹੋਇਆ ਉਹ ਦੀ ਅੱਖਾਂ ਸਾਹਮਣੇ ਵਾਪਰਿਆ ਸੀ ਇਸ ਬੰਦੇ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹਦੀ ਮੌਤ ਵੀ ਉਦੋਂ ਵੀ ਮੈਂ ਮੌਜੂਦ ਸੀ ਜਦੋਂ ਇੰਦਰਾ ਗਾਂਧੀ ਦੇ ਸਿੰਘਾਂ ਨੇ ਸੋਧਾ ਲਾਇਆ ਉਹਨੂੰ ਮੈਂ ਕਤਲ ਨਹੀਂ ਕਹੂੰਗਾ ਜਦੋਂ ਉਹਨੇ ਆਪਣੇ ਕੀਤੇ ਸਜ਼ਾ ਪਾਈ ਗੁਰੂ ਕੇ ਲਾਲਾਂ ਕੋਲੋਂ ਠੀਕ ਹੈ ਨਾ ਉਹਨਾਂ ਨੇ ਜਦੋਂ ਉਹਨੂੰ ਚਾਟਾ ਛਕਾਇਆ ਉਦੋਂ ਕੁਸ਼ਵੰਤ ਸਿੰਘ ਨੇ ਬਹੁਤ ਡਿਟੇਲ ਚ ਲਿਖਿਆ ਆ ਇਹਦੇ ਵਿੱਚ ਪਤਾ ਨਹੀਂ ਲਿਖਿਆ ਕਿ ਨਹੀਂ ਇੱਕ ਹੋਰ ਕਿਤਾਬ ਆ ਪੰਜਾਬ ਦਾ ਦੁਖਾਂਤ ਉਹਦੇ ਚ ਲਿਖਿਆ ਉਹਨਾਂ ਨੇ ਇਹ ਚ ਉਹਨਾਂ ਨੇ ਗਾਂਧੀਆ ਨਾਲ ਆਪਣੀ ਨੇੜਤਾ ਦੱਸੀ ਆ ਹੋਰ ਬਹੁਤ ਕੁਝ ਦੱਸਿਆ ਕਿਉਂਕਿ ਬਹੁਤ ਵੱਡੀ ਜੀਵਨੀ ਆ ਨਾ ਇਹ ਵੀ ਪੜਨਯੋਗ ਕਿਤਾਬ ਆ ਇੱਕ ਕਾਫੀ ਲੋਕ ਕੁਸ਼ਵੰਤ ਸਿੰਘ ਦੀਆਂ ਕਿਤਾਬਾਂ ਪ ਉਹਦਾ ਇੱਕ ਗੰਦਾ ਰਾਈਟਰ ਮੰਨਿਆ ਗਿਆ ਕਿ ਇਹ ਗੰਦਬੋਲ ਲਿਖਦਾ ਸੀਗਾ ਖੁੱਲ ਕੇ ਸੈਕਸ ਬਾਰੇ ਲਿਖਣ ਦਾ ਬਹੁਤ ਸ਼ੁਕੀਨ ਸੀਗਾ ਜਿਹੜੀਆਂ ਕਿਤਾਬਾਂ ਆਧੀਆਂ ਦੇ ਤਾਂ ਨਾਮ ਹੀ ਸੈਕਸ ਤੋਂ ਸ਼ੁਰੂ ਹੁੰਦੇ ਆ ਸੈਕਸ ਕੌਚ ਤੇ ਸਕਾਲਰਸ਼ਿਪ ਆ ਇੱਕ ਕਿਤਾਬ ਦਾ ਨਾਮ ਜਾਇਕ ਨਾਵਲ ਅਰੰਨਾ ਚ ਧੰਨਾ ਮੈਂ ਉਹ ਪੜਿਆ ਸੀਗਾ ਉਹ ਮੈਂ ਪੜਨ ਦੀ ਕਿਸੇ ਨੂੰ ਵੀ ਸਲਾਹ ਨਹੀਂ ਦਿੱਤੀ ਕਿਉਂਕਿ ਇੰਨਾ ਖੁੱਲ ਕੇ ਉਹਦੇ ਵਿੱਚ ਉਹਨੇ ਇਸ ਚੀਜ਼ ਬਾਰੇ ਲਿਖਿਆ ਉਹਦਾ ਲਿਖਣ ਦੀ ਸ਼ੈਲੀ ਸੀ ਇਹ ਹਨ ਤੇ ਤੀਜੀ ਤੇ ਆਖਰੀ ਕਿਤਾਬ ਅੱਜ ਦੀ ਹੈਗੀ ਆ ਈਰਾਨ ਤੇ ਈਰਾਨੀ ਇਹ ਮੈਨੂੰ ਬਹੁਤ ਪਸੰਦ ਦਾ ਕਿਤਾਬ ਜੀ ਮੇਰੀ ਲਿਸਟ ਵਿੱਚ ਬਹੁਤ ਉੱਪਰ ਆ ਪੰਨੂ ਸਾਹਿਬ ਦੀ ਆ ਹਰਪਾਲ ਸਿੰਘ ਪੰਨੂਵਾਲੇ ਦੀ ਸ਼ਖਸੀਅਤ ਇਦਾਂ ਆ ਜਿਹੜੇ ਉਹਨਾਂ ਨੂੰ ਇੱਕ ਵਾਰ ਪੜ ਜਾਂਦੇ ਜਾਂ ਸਾਹਮਣੇ ਮਿਲ ਕੇ ਬੈਠ ਲੈਂਦੇ ਜਾਂ ਉਹਨਾਂ ਨੂੰ YouTube ਤੇ ਸੁਣ ਲੈਂਦੇ ਆ ਉਹ ਵੀ ਉਹਨਾਂ ਨੂੰ ਪੜੇ ਬਿਨਾਂ ਰਹਿ ਨਹੀਂ ਪਾਉਂਦੇ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਹੀ ਪੜਨ ਯੋਗ ਆ ਤੋਂ ਇਹ ਕਿਤਾਬ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇੱਕ ਦੋ ਵਾਰੀ ਆਮੋ ਸਾਹਮਣੇ ਉਹਨਾਂ ਨੇ ਆਪ ਰეკਮੈਂਡ ਕੀਤੀ ਸੀ ਮੇਰੀ ਆ ਕਿਤਾਬ ਜ਼ਰੂਰ ਪੜਿਓ ਫਿਰ ਮੈਂ ਪ੍ਰਾਪਤ ਕੀਤੀ ਹੁਣ ਮੇਰੀ ਲਾਇਬ੍ਰੇਰੀ ਚ ਦੋ ਪੀਸ ਪਈਆਂ ਇਸ ਕਿਤਾਬ ਦੇ ਨਵੀਆਂ ਅਨਕੋਰ ਜ਼ਾਇਰਾ ਈਰਾਨ ਤੇ ਇਰਾਨੀ ਇਹਦੇ ਵਿੱਚ ਕੁਝ ਈਰਾਨ ਤੇ ਇਰਾਨੀਆਂ ਦੇ ਬਾਰੇ ਹੋਊਗਾ ਉਹ ਨਾ ਕਿਉਂਕਿ ਯੂਨੀਵਰਸਿਟੀ ਪ੍ਰੋਫੈਸਰ ਆ ਉਹਦੇ ਤੌਰ ਤੇ ਉਹ ਈਰਾਨ ਦੀ ਯੂਨੀਵਰਸਿਟੀ ਵਿੱਚ ਕੁਝ ਪ੍ਰੋਫੈਸਰਾਂ ਦੇ ਨਾਲ ਪੰਨੂ ਸਾਹਿਬ ਗਏ ਈਰਾਨ ਦੇ ਵਿੱਚ ਉੱਥੇ ਦੇ ਉਹਨਾਂ ਨੇ ਅਣਪਬਲਿਕੇਡ ਈਰਾਨ ਦੀ ਹਿਸਟਰੀ ਉਹਨਾਂ ਨੇ ਲਿਖੀ ਬਹੁਤ ਪਿੱਛੋਂ ਤੋਂ ਲੈ ਕੇ ਈਰਾਨ ਦੇ ਵਿੱਚ ਕਿੱਦਾਂ-ਕਿੱਦਾਂ ਤਖਤਾ ਪਲਟਿਆ ਗਿਆ ਤੇ ਉਹਨਾਂ ਨੇ ਇਹ ਯਹੂਦੀਆਂ ਦੀ ਜਿਹੜੀ ਲੜਾਈ ਚੱਲਦੀ ਹੈ ਨਾ ਅੱਜ ਤੱਕ ਅਸੀਂ ਦੇਖਦੇ ਆਂ ਵੀ ਹਾਂ ਕਿਹੜੇ ਦੋ ਤਿੰਨ ਹਮਾਸ ਵਗੈਰਾ ਇਹ ਸਾਰੇ ਲੜਦੇ ਰਹਿੰਦੇ ਨੇ ਨਾ ਪਾ ਇਜ਼ਰਾਈਲ ਦੀ ਲੜਾਈ ਉਹ ਸਾਰੇ ਦਾ ਮੁੱਢ ਵੀ ਉਹਨਾਂ ਨੇ ਇਹਦੇ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਕਿ ਕੁਰਾਨ ਸ਼ਰੀਫ ਦੀਆਂ ਕਿਹੜੀਆਂ ਉਤਕਾਂ ਸੀਗੀਆਂ ਜਾਂ ਹਦੀਸ ਦੀਆਂ ਜਿਨ੍ਹਾਂ ਦੇ ਕੁਝ ਬੰਦਿਆਂ ਦੇ ਗਲਤ ਅਰਥ ਕਰਨੇ ਨਾਲ ਸਾਰੀ ਲੜਾਈ ਦੀ ਜੜ ਹਦੀਸ ਦੇ ਵਿੱਚ ਪਈ ਆ ਠੀਕ ਆ ਨਾ ਤੋਂ ਪੰਨੂ ਸਾਹਿਬ ਨੇ ਬਹੁਤ ਵਿਸਥਾਰ ਨਾਲ ਲਿਖਿਆ ইরਾਨੀ ਲੋਕ ਸੋਚਦੇ ਕਿਦਾਂ ਆ ਉਹ ਸੋਹਣੇ ਬਹੁਤ ਆ ਉਹਨਾਂ ਦੇ ਦਿਲ ਕਿਦਾਂ ਦੇ ਆ ਉੱਥੋਂ ਦੇ ਸਾਰੇ ਅਨੁਭਵ ਉੱਥੇ ਕੀ ਕੀ ਸਿੱਖਾਂ ਦੀਆਂ ਕੀ ਨਿਸ਼ਾਨੀਆਂ ਉੱਥੇ ਗੁਰੂ ਨਾਨਕ ਸਾਹਿਬ ਦੀ ਕੀ ਨਿਸ਼ਾਨੀ ਆ ਕਿਦਾਂ-ਕਿਦਾਂ ਗੁਰਦੁਆਰਾ ਬਣਿਆ ਸੀ ਸਾਰਾ ਕੁਝ ਇਹਦੇ ਵਿੱਚ ਪੰਨੂ ਸਾਹਿਬ ਨੇ ਬਹੁਤ ਵਿਸਥਾਰ ਦੇ ਨਾਲ ਲਿਖਿਆ ਖਾਸ ਕਰ ਜਿਹੜਾ ਯਹੂਦੀਆਂ ਦੇ ਉੱਤੇ ਜ਼ੁਲਮ ਹੋਇਆ ਉਹਦੀ ਜੜ ਕਿੱਥੇ ਪਈ ਆ ਯਹੂਦੀਆਂ ਦੀ ਜਿਹੜੀ ਨਫ਼ਰਤ ਦਾ ਸ਼ਿਕਾਰ ਹੋਇਆ ਨਾ ਪੂਰੇ ਵਰਲਡ ਦੀ ਉਹ ਜਿਹੜੀ ਅੱਜ ਤੱਕ ਆ ਵਰਲਡ ਵਿੱਚ ਸਭ ਤੋਂ ਲੰਬੀ ਨਫ਼ਰਤ ਜੇ ਕਿਸੇ ਨੇ ਤਾਂ ਸਭ ਤੋਂ ਵੱਡੀ ਨਫ਼ਰਤ ਭੋਗੀ ਆ ਉਹ ਯਹੂਦੀ ਲੋਕਾਂ ਨੇ ਭੋਗੀ ਆ ਕੇਵਲ ਈਸਾ ਮਸੀਹ ਨੂੰ ਇੱਕ ਸੂਲੀ ਟੰਗ ਦੇਣ ਦੇ ਕਰਕੇ ਕਿ ਮੈਂ ਦੱਸ ਦੇਵਾਂ ਕਿ ਯਿਸੂ ਮਸੀਹ ਜਿਨ੍ਹਾਂ ਦੇ ਨਾਮ ਤੇ ਈਸਾਈ ਧਰਮ ਚੱਲਦਾ ਉਹ ਖੁਦ ਈਸਾਈ ਨਹੀਂ ਸੀਗੇ ਉਹ ਇੱਕ ਯਹੂਦੀ ਸੀਗੇ ਉਹਨਾਂ ਨੂੰ ਯਹੂਦੀਆਂ ਨੇ ਸ਼ਹੀਦ ਕਰਤਾ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਇਈਸਾ ਜੀ ਦੇ ਨਾਮ ਤੇ ਈਸਾਈਤ ਈਸਾਈਤ ਚੱਲੀ ਠੀਕ ਹੈ ਜੀ ਉਹ ਖੁਦ ਯਹੂਦੀ ਸੀ ਪਰ ਉਹਨਾਂ ਦੇ ਨਾਮ ਤੇ ਈਸਾਈ ਧਰਮ ਉਹਨਾਂ ਦੇ ਨਾਮ ਸ਼ਹੀਦ ਹੋਣ ਤੋਂ ਬਾਅਦ ਚੱਲਿਆ ਉਹਨਾਂ ਦੇ ਪਰੋਕਾਰਾਂ ਨੇ ਚਲਾਇਆ ਤਾਂ ਉਹ ਉਹਨਾਂ ਨੂੰ ਸ਼ਹੀਦ ਕਰਨ ਦੇ ਵਾਸਤੇ ਯਹੂਦੀਆਂ ਨੂੰ ਇੰਨੀ ਨਫ਼ਰਤ ਸੰਸਾਰ ਨੇ ਕੀਤੀ ਅੱਜ ਤੱਕ ਵੀ ਉਹ ਨਫ਼ਰਤ ਦਾ ਸ਼ਕਾਰ ਇਜ਼ਰਾਈਲ ਬਣਾਉਣ ਨੂੰ ਕੀ ਕੀ ਕਰਨਾ ਪਿਆ ਕਿੰਨਾ ਕੁਝ ਵਿੱਚੋਂ ਗੁਜ਼ਰਨਾ ਪਿਆ ਕਿੰਨੀਆਂ ਉਹਨਾਂ ਦੀਆਂ ਕਮਾ ਕੇ ਸ਼ਹੀਦੀਆਂ ਕਹ ਲਓ ਉਹਨਾਂ ਦੀ ਭਾਸ਼ਾ ਚ ਹੋਈਆਂ ਕਿੰਨਾ ਖੂਨ ਡੋਲਿਆ ਉਹ ਸਾਰਾ ਕੁਝ ਵਿੱਚ ਬਹੁਤ ਵਿਸਥਾਰ ਨਾਲ ਲਿਖਿਆ ਆ ਇਹ ਵੀ ਇੱਕ ਮੋਟੀ ਕਿਤਾਬ ਆ ਉਦਾਂ 300 ਪੇਜ ਆ ਜੀ 303-4 ਪੇਜ ਆ ਤੇ ਪੜਨ ਜੋ ਕਿਤਾਬ ਆ ਤੁਹਾਡਾ ਸਮਾਂ ਬਰਬਾਦ ਨਹੀਂ ਹੋਗਾ ਸੋ ਇਹ ਕਿਤਾਬਾਂ ਜ਼ਰੂਰ ਪੜੋ ਤਾਂ ਫੇਰ ਕਿਸੇ ਵੀਡੀਓ ਚ ਹੋਰ ਵੀ ਦੋ ਤਿੰਨ 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 ਕਿਤਾਬਾਂ ਕਰਕੇ ਮੈਂ ਤੁਹਾਨੂੰ ਕਿਤਾਬਾਂ ਦਿਖਾਈ ਜਾਊਂਗਾ ਜਿੰਨੀਆਂ ਦਿਖਾ ਸਕਿਆ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਕਹੋ ਕਿ ਕਿੱਥੇ ਆ ਲਾਇਬ੍ਰੇਰੀ ਇਹ ਤਾਂ ਹੁਸ਼ਿਆਰ ਜਿਹੜਾ ਨਹੀਂ ਪਤਾ ਹੁਸ਼ਿਆਰਪੁਰ ਦਸੂਹਾ ਰੋਡ ਤੇ ਹੁਸ਼ਿਆਰਪੁਰ ਜ਼ਿਲ੍ਹਾ ਆਪਣਾ ਹੁਸ਼ਿਆਰਪੁਰ ਦਸੂਹਾ ਰੋਡ ਤੇ ਤੂਤਕਲਾ ਪਿੰਡ ਆ ਬਹੁਤ ਪਾਰਾ ਪਿੰਡਾ ਹੁਸ਼ਿਆਰਪੁਰ ਦਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡਾਂ ਵਿੱਚ ਆਉਂਦਾ ਆ ਠੀਕ ਆ ਜੀ ਮੈਨੂੰ ਲੱਗਦਾ ਪਹਿਲੇ 2-4 ਪਿੰਡ ਵੱਡੀ ਮਿਆਣੀ ਸ਼ਾਇਦ ਸਭ ਤੋਂ ਵੱਡਾ ਪਿੰਡ ਆ ਜੇ ਉਹ ਨਾ ਹੁੰਦਾ ਤਾਂ ਮੈਨੂੰ ਲੱਗਦਾ ਵੀ ਤੂਤਕਲਾ ਸਭ ਤੋਂ ਵੱਡਾ ਪਿੰਡ ਹੋਣਾ ਸੀ ਕਿਉਂਕਿ ਬਟਨੂਰਾ ਲਬਾਣਾ ਪਿੰਡ ਹੈ ਤਾਂ ਨੇੜੇ ਹੀ ਆ ਔਰ ਉੱਥੋਂ ਕਿਤੇ ਜਲੰਧਰ ਸ਼ੁਰੂ ਹੋ ਜਾਂਦਾ ਉਹ ਜਲੰਧਰ ਚ ਆ ਜਾਂਦਾ ਉਹ ਬਹੁਤ ਵੱਡਾ ਪਿੰਡ ਆ ਉਦਾਂ ਤਾਂ ਤੂਤਕਲਾ ਇੱਕ ਵੱਡੀਆਂ ਤੂਤਾ ਇਹਨੂੰ ਵੱਡੀਆਂ ਤੂਤਾ ਕਹਿੰਦੇ ਆ ਇੱਕ ਛੋਟੀਆਂ ਤੂਤਾ ਇਹਦੀ ਨਚਾਨੀ ਇਹ ਆ ਹਾਰਪੁਰ ਦਸਮਾ ਰੋਡ ਤੇ ਦਸੜਕਾ ਪੈਂਦਾ ਦੋ ਸੜਕਾ ਤੂਤਕਲਾ ਕਹਿੰਦੇ ਉਹਨੂੰ ਠੀਕ ਆ ਨਾਲ ਹੀ ਪਿੰਡ ਆ ਫੇ ਅੱਡਾ ਆ ਕਾਫੀ ਹੁਣ ਤਾਂ ਅੱਡਾ ਵੀ ਕਾਫੀ ਪ੍ਰੋਗਰੈਸ ਕਰ ਗਿਆ ਤੇ ਗੜਦੀ ਵਾਲਾ ਉਹ ਹਰਿਆਣੇ ਦਾ ਸੈਂਟਰ ਜਿਹਾ ਆ ਇਹ ਠੀਕ ਆ ਨਾ ਤੇ ਪਿੱਛੇ ਭੂੰਗਾ ਲੰਘਦੇ ਆ ਜਿਲ੍ਹੇ ਸੁਹੇਵਾਲ ਨੂੰ ਜਾਂਦੇ ਆ ਤੁਸੀਂ ਭੂੰਗਾ ਅੱਡਾ ਲੰਘਦੇ ਆ ਹਰਿਆਣਾ ਲੰਘ ਕੇ ਭੂੰਗਾ ਲੰਘਦੇ ਫਿਰ ਆ ਜਾਂਦਾ ਇਹ ਬਸ ਉਤੋਂ ਥੋੜਾ ਜਿਹਾ ਪਿੱਛੇ ਭੁੰਗਿਆ ਲੂਹ ਕਰਕੇ ਹਿਚਾਰਪੁਰਾ ਲੂਹ ਗੁਰਦੁਆਰਾ ਪ੍ਰੀਤਮਪੁਰਾ ਰੋਡ ਤੇ ਆ ਲੋ ਲੰਗਰ ਤੂਤ ਕਲਾ ਇੱਥੇ ਬਹੁਤ ਭਾਰਾ ਲੰਗਰ ਲੱਗਦਾ ਜਿਹੜੇ ਆਨੰਦਪੁਰ ਸਾਹਿਬ ਨੂੰ ਇੱਥੋਂ ਦੀ ਲੰਗ ਜਾਂਦੇ ਆ ਉਹਨਾਂ ਨੂੰ ਪਤਾ ਹੋਣਾ ਕੈਨੇਡਾ ਮੈਰਿਜ ਪੈਲੇਸ ਆ ਸਾਹਮਣੇ ਪੂਰਬ ਵਾਲੇ ਪਾਸੇ ਉਹਦੇ ਸੌਰੀ ਪੱਛਮ ਵਾਲੇ ਪਾਸੇ ਉਹਦੇ ਪੂਰਬ ਵਾਲੇ ਪਾਸੇ ਚੜ੍ਹਦੇਵਾਲ ਕਰਕੇ ਇਹ ਗੁਰਦੁਆਰਾ ਸਾਹਿਬ ਨੇ ਸ਼ਾਨਦੱਤ ਲੱਗਾ ਗੁਰਦੁਆਰਾ ਪ੍ਰੀਤਮਪੁਰਾ ਉੱਥੇ ਹੀ ਹੈ ਲਾਇਬ੍ਰੇਰੀ ਆ ਕਿਤਾਬਾਂ ਜੇ ਬਾਧੂਆ ਘਰ ਵਿੱਚ ਪਈਆਂ ਜਿਹੜੀਆਂ ਰੱਦੀ ਇਹਨੂੰ ਦੇਣ ਬਾਰੇ ਸੋਚ ਰਹ ਪੜਨ ਦੇ ਚਕੀਨਤਾ ਕਿਤਾਬ ਲੈ ਕੇ ਪੜ ਸਕਦੇ ਆ ਤੇ ਵਾਪਸ ਕਰ ਸਕਦੇ ਆ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੋਰਾਂ ਨਾਲ ਵੀ ਸਾਂਝੀ ਜ਼ਰੂਰ ਕਰਿਓ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ